देखो इस वेले जिस जगह ते आ ये चंडीगढ़ तो फतेहगढ़ साहब जाती है और जिस गल का मैं जिक्र कर रहा है कि ट्रक जिहड़े ने खड़े ने और रस्ता जिहड़ा डाइवर्ट बकायदा तौर पर किया जा रहा पिंडां चो राह जिहड़े ने कढ़े जा रहे हैं और इत्थे थोड़ी देर पहले एक बजुर्ग माता सीगी कहिंदे कि मैं जाना सीगा फतेहगढ़ साहब लेकिन एक घंटा हो गया मैं जा नहीं सकी और हुण मैं वापस किसी को लिफ्ट लैके जिहड़ा वै ओह अपने पिंड नूं मुड़ रही हां। तां इह तस्वीर आ और दूजे पासे जिहड़ी ट्रैफिक दी तस्वीर आ ओह वी दिखाउण दी कोशिश करांगे क्योंकि कुछ लोगों को पता सी कि अज 11 तो 3 जाम लगना है, कुछ लोगों को नहीं पता सी और जिन्होंने जरूरी घरों बाहर निकलना वा तो उन्होंने जिहड़े जो रस्ते जो बंद होंगे ने तो खज्जल खराब जरूर होंगे ने और इधरले पासे देखो क्योंकि टिप्पर जिहड़ा लगाया होया और जिहड़े जिहड़ियां गड्डियां इधर नूं फतेहगढ़ साहब नूं जानियां ने उह पुलिस जिहड़ी है डाइवर्ट करा रही है, कह रही कि पिंडां वाले पासे चले जाओ अगे किसान जथेबंदी जिहड़ी है बैठी हुई है और इसे वजह करके इत्थों दी रस्ता जिहड़ा वा उह डाइवर्ट किया जा रहा है। ट्रैफिक पुलिस लगातार इस वेले लगी हुई है लेकिन जिहड़े लोग ने उह काफी ज्यादा खज्जल खुआर हो रहे ने, रस्ता डाइवर्ट लगातार किया जा रहा है, जिहड़े लोग आ रहे ने किधरों किधर जाण जिन्हां ने फतेहगढ़ साहब जाना है कोई रस्ता पिंडां चों जाया जाएगा जां किवें जाया जाएगा? ए अपने ना जी असी थोड़े चैनल राही दसदे आ असी डायवर्शन दई भी आ मोहाली नू जी, ठीक है, ते भागो माजरे दे किसान बैठे ने धरना लाया जिहड़ा 11 बजे तों लैके 3 बजे तक ते वाया कुछ लोग पिंडां दे विच दी घूम के जा रहे आ ते अपने लांडरां तों चुन्नी विच दी ਪਿੰਡਾਂ ਦੇ ਸਾਰੇ ਲੋਕ ਖੱਜਲ ਖਰਾਬ ਹੋ ਰਹੇ ਦੇਖ ਰਹੇ ਵਾਪਸ ਮੁੜ ਰਹੇ ਕੋਈ ਟਿੱਪਰ ਉੱਥੇ ਲੱਗ ਗਏ ਨੇ ਤਾਂ ਲੋਕਾਂ ਨੂੰ ਵੀ ਖਾਸੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੂੰ ਪਤਾ ਵੀ ਨਹੀਂ ਸੀ ਕਿ ਅੱਗੇ ਜਿਹੜਾ ਮੋਰਚਾ ਲੱਗਾ ਹੋਇਆ ਨਹੀਂ ਜੀ ਬਸ ਲੋਕਾਂ ਨੂੰ ਮਤਲਬ ਦੇਖ ਕੇ ਹੀ ਪਤਾ ਲੱਗ ਰਿਹਾ ਕਈਆਂ ਨੂੰ ਜਿਹੜੇ ਕੋਈ ਆਪ ਦੇ ਚੈਨਲ ਰਾਹੀਂ ਦੇਖ ਲੈਂਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੈਸੇ ਮੈਸੇਜ ਤਾਂ ਚੱਲ ਰਿਹਾ ਟੀਵੀ ਤੇ ਵੀ ਖਬਰ ਚੱਲ ਰਹੀ ਸੀ ਵੀ 11 ਵਜੇ ਤੋਂ ਲੈ ਕੇ 3 ਵਜੇ ਤੱਕ 3 ਵਜੇ ਤੋਂ ਬਾਅਦ ਇਹ ਖੋਲ ਦੇਣਗੇ ਹਾਂਜੀ ਹਾਂਜੀ 3 ਵਜੇ ਤੱਕ ਕਹਿੰਦੇ ਖੋਲ ਦੇਣਗੇ ਔਰ ਕੱਲ ਤੋਂ ਵੀ ਜਿਹੜਾ ਕਹਿੰਦੇ ਕਿ ਮੋਰਚਾ ਲਗਾਉਣਾ ਕੱਲ ਵੀ ਇਧਰਲੇ ਪਾਸੇ ਲੱਗੇਗਾ ਜਾਂ ਕਿੱਧਰ ਕੱਲ ਦੀ ਸਰ ਸਾਡੇ ਅਜੇ ਕੋਈ ਉਹਦੇ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਔਰ ਜਿਹੜੇ ਲੋਕ ਹੁਣ ਫਤਿਹਗੜ੍ਹ ਸਾਹਿਬ ਜਾਣਾ ਚਾਹੁੰਦੇ ਜਾਂ ਲੁਧਿਆਣਾ ਜਾਣਾ ਚਾਹੁੰਦੇ ਨੇ ਉਹ ਕਿੱਧਰਲੇ ਪਾਸੋਂ ਜਾਣ ਕਿਹੜਾ ਰਸਤਾ ਜਿਹੜਾ ਵਾ ਤੁਸੀਂ ਡਾਇਵਰਟ ਕੀਤਾ? ਅਸੀਂ ਤਾਂ ਮੋਹਾਲੀ ਨੂੰ ਡਾਇਵਰਟ ਕੀਤਾ ਵਾ ਜੀ ਤੇ ਉਹ ਤੋਂ ਬਾਅਦ ਆਪਣੇ ਲਾਂਡਰਾ ਹੋ ਕੇ ਜੀ ਫਿਰ ਪਿੰਡਾਂ ਦੇ ਵਿੱਚ ਦੀ ਕਿਉਂਕਿ ਕਈ ਥਾਵਾਂ ਤੇ ਹੈ ਤੁਸੀਂ ਕਹਿ ਰਹੇ ਹੋ ਮੋਹਾਲੀ ਤੋਂ ਲਾਂਡਰਾ ਲੇਕਿਨ ਅੱਗੇ ਫਤਿਹਗੜ੍ਹ ਸਾਹਿਬ ਵੀ ਉੱਥੇ ਜਿਹੜਾ ਵਾ ਉੱਥੇ ਵੀ ਬੈਠੇ ਹੋਏ ਨੇ ਨੈਸ਼ਨਲ ਹਾਈਵੇ ਦੇ ਉੱਤੇ ਲੁਧਿਆਣੇ ਦੇ ਕੋਲ ਬੈਠੇ ਹੋਏ ਨੇ। ਹਾਂਜੀ ਉਹ ਤਾਂ ਫਿਰ ਆਪਣੇ ਉੱਧਰ ਦੂਜੇ ਜ਼ਿਲ੍ਹਿਆਂ 'ਚ ਚਲੇ ਗਏ ਨਾ ਜੀ, ਅਸੀਂ ਤਾਂ ਜਿਹੜਾ ਇਹੀ ਅਵੇਅਰ ਕਰ ਰਹੇ ਹਾਂ ਲੋਕਾਂ ਨੂੰ ਵੀ ਤੁਸੀਂ 3 ਘੰਟੇ ਆਪਣੇ 3 ਵਜੇ ਤੱਕ ਵੀ ਅਜੇ ਨਾ ਮਤਲਬ ਜਾਓ ਤੇ ਕਿਤੇ ਸਾਈਡ ਤੇ 3 ਵਜੇ ਤੱਕ ਨਾ ਜਾਓ, ਜਿਹੜੇ ਲੋਕ ਪਹੁੰਚ ਜਾਂਦੇ ਆ ਉਹਨਾਂ ਨੂੰ ਫਿਰ ਕਹਿ ਰਹੇ ਹੋ ਪਿੰਡਾਂ 'ਚੋਂ ਚਲੇ ਜਾਓ? ਹਾਂਜੀ ਹਾਂਜੀ ਪਿੰਡਾਂ ਦੇ ਵਿੱਚ। ਠੀਕ ਹੈ, ਤਾਂ ਪੁਲਿਸ ਮੁਲਾਜ਼ਮ ਲਗਾਤਾਰ ਰਸਤਾ ਡਾਇਵਰਟ ਕਰਵਾ ਰਹੇ ਨੇ, ਕਹਿ ਰਹੇ ਨੇ ਕਿ 3 ਵਜੇ ਤੱਕ ਜੇ ਜ਼ਰੂਰਤ ਨਹੀਂ ਹੈ ਤਾਂ ਘਰੋਂ ਬਾਹਰ ਨਾ ਨਿਕਲੋ, 3 ਵਜੇ ਤੋਂ ਬਾਅਦ ਘਰੋਂ ਬਾਹਰ ਨਿਕਲੋ ਔਰ ਜੇਕਰ ਕੋਈ ਘਰੋਂ ਬਾਹਰ ਨਿਕਲਿਆ ਤਾਂ ਆਪਣਾ ਆਪਣਾ ਰਸਤਾ ਦੱਸ ਰਹੇ ਨੇ ਕਿ ਇਹਨਾਂ ਪਿੰਡਾਂ 'ਚੋਂ ਤੁਸੀਂ ਚਲੇ ਜਾਓ ਔਰ ਅੱਗੇ ਜਾ ਕੇ ਫਿਰ ਕਿਤੇ ਨਾ ਕਿਤੇ ਜਾਮ ਜਿਹੜਾ ਵਾ ਉਹ ਕਿਸਾਨ ਜਥੇਬੰਦੀਆਂ ਜਿਹੜੀਆਂ ਬੈਠੀਆਂ ਨੇ ਉਹ ਦੇਖਣ ਨੂੰ ਮਿਲੇਗਾ।